तो लगे कौमी इंसाफ मोर्चे च जो कौमी मुद्दों नू लैके लाया गया जिहड़ा पहलों तो ही शातमई तरीके नाल चल रहा परंतु सरकारां इस नू दूजी दिशा विच ले जा रही हैं। इस नू दबाउण वास्ते तरह तरह के हथकंडे वरत रही हैं। जिस तरह तीन दिन पहला एक साढ़े शातमई जिहड़ा जथा सी ओह सीएम दी कोठी वल जा रहा सी उस ते हमला कराया गया। फिर साढ़े ही सिंघां नू बीबां नू बजुर्गां नू उत्थे पानी दी विछाड़ा मारी गई, लाठी चार्ज किया गया, जख्मी किया गया। परंतु उस तो भी अगे जो जो भी इस कौमी हकां लई श्री गुरु ग्रंथ साहब की बेअबदी जिहड़ी पिछे पिछलियां सरकारां दे टाइम च होई उन्होंने अस्थापता की देना सी, सगो दोषियां दा पक्ष पूरिया ते उस नू दबाउण लई जिहड़ा अज भी श्री गुरु ग्रंथ साहब की बेअबदी लई ते साडे बंदी सिंघां दी रिहाई लई कौमी इंसाफ मोर्चा लग्या ओनू दबाउण वास्ते तरह तरह के कंडे वरत रही है। जो आगू इस सरगर्म भूमिका निभा रहे हैं उन्होंने सरकारां परचे दर्ज कर रही, उन्होंने परिवारों परिवारों से तशद्दुद कर रही। अज की मिसाल है जहदार राजा राज सिंह जी जो श्री गुरु गोबिंद सिंह जी वालों थापिया फौजा जिन्होंने जुल्म का टाकरा करने वास्ते इन्हों साजिया गया ਅਸੀਂ ਉਸ ਤੇ ਪਹਿਰਾ ਦਿੰਦੇ ਹੋਏ ਨਿਰੰਤਰ ਉਸ ਤਰ੍ਹਾਂ ਉਸ ਦਿਨ ਤੋਂ ਦਲ ਪੰਥ ਇੱਥੇ ਬੈਠੇ ਹਾਂ ਆਪਣੀ ਸੰਪਰਦਾਵਾਂ ਸਮੇਤ। ਪਰੰਤੂ ਉਹਨਾਂ ਦੇ ਪਰਿਵਾਰਾਂ 'ਤੇ ਹਮਲਾ ਕੀਤਾ ਜਾ ਰਿਹਾ, ਉਹਨਾਂ ਦੇ ਪਰਿਵਾਰਾਂ ਨੂੰ ਤਸ਼ੱਦਦ, ਇਹਨਾਂ ਦੀ ਬਜ਼ੁਰਗ ਮਾਤਾ ਨੂੰ ਪੁਲਿਸ ਨੇ ਕੁੱਟਿਆ, ਇਹਨਾਂ ਦੀ ਭਤੀਜੀ ਨੂੰ ਕੁੱਟਿਆ। ਉਹ ਜਿਹੜੀਆਂ ਉਹਨਾਂ ਦੀਆਂ ਕਰਤੂਤਾਂ ਸੀਆਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਸੀ, ਪਰੰਤੂ ਉਹ ਸੀਸੀਟੀਵੀ ਕੈਮਰੇ ਵੀ ਪ੍ਰੂਫ ਖਤਮ ਕਰਨ ਵਾਸਤੇ ਤੋੜ ਕੇ ਲੈ ਗਏ। ਸੋ ਇਹੀ ਜੀਆਂ ਇਹਨਾਂ ਦੇ ਆਗੂਆਂ ਪੰਜਾਬ ਸਰਕਾਰ ਦੀ ਪੁਲਿਸ ਵੱਲੋਂ ਜੋ ਜੋ ਵੀ ਆਗੀ ਹੈ, ਸਾਡੇ ਇੱਕ ਸਰਗਰਮ ਆਗੂ ਹੈ ਰੁਪਿੰਦਰ ਸਿੰਘ ਜੀ, ਉਹਨਾਂ ਦੇ ਪਰਿਵਾਰ ਨੂੰ ਬਾਰ ਬਾਰ ਟਾਰਚਰ ਕਰਿਆ ਜਾ ਰਿਹਾ। ਇਸੇ ਤਰ੍ਹਾਂ ਜਿਹੜੇ ਵੀ ਸੰਬੰਧਿਤ ਹੈ ਇਸ ਨਾਲ ਇਨਸਾਫ ਮੋਰਚੇ ਨਾਲ ਸੰਬੰਧਿਤ ਹੈ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ। ਜੋ ਘਿਨਾਉਣੀ ਹਰਕਤ ਹੈ, ਅਸੀਂ ਇੱਥੇ ਅੱਜ ਅਪੀਲ ਕਰਦੇ ਹਾਂ ਸਿੱਖਾਂ ਨੂੰ ਵੀ ਜੇ ਵਾਕਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੈ, ਉਹਨਾਂ ਬੰਦੀ ਸਿੰਘਾਂ ਨਾਲ ਤੁਹਾਡੀ ਹਮਦਰਦੀ ਹੈ, ਤਾਂ ਆਪਣਾ ਫਰਜ਼ ਸਮਝਦੇ ਹੋਏ ਵਹੀਰਾਂ ਕੱਤ ਕੇ ਇੱਥੇ ਪਹੁੰਚੋ ਤਾਂ ਕਿ ਅਸੀਂ ਜਿਹੜਾ ਸਰਕਾਰ ਦਾ ਜਬਰ ਹੈ ਉਹਦਾ ਸਬਰ ਨਾਲ ਮੁਕਾਬਲਾ ਕਰ ਸਕੀਏ, ਕਿਉਂਕਿ ਸ਼ੁਰੂ ਤੋਂ ਹੀ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ। ਸੋ ਹਰ ਇੱਕ ਨਾਨਕ ਨਾਮ ਲੇਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਸਾਡੀ ਅਣਖ 'ਤੇ ਹਮਲਾ ਹੋਇਆ ਇਹਨਾਂ ਵੱਲੋਂ, ਅੱਜ ਉਸ ਨੂੰ ਅਸੀਂ ਜਵਾਬ ਦੇਣ ਵਾਸਤੇ ਵਹੀਰਾਂ ਕੱਤ ਕੇ ਇੱਥੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੀਏ ਤਾਂ ਕਿ ਸਰਕਾਰਾਂ ਦੇ ਜ਼ੁਲਮ ਦਾ ਟਾਕਰਾ ਅਸੀਂ ਸਬਰ ਨਾਲ ਕਰ ਸਕੀਏ। ਸੋ ਮੇਰੀ ਵਾਰ ਵਾਰ ਸੰਗਤਾਂ ਨੂੰ ਅਪੀਲ ਹੈ, ਭਾਵੇਂ ਕਿੰਨੇ ਵੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਸੰਤ ਮਹਾਂਪੁਰਸ਼ ਜਿੰਨੀਆਂ ਵੀ ਟਕਸਾਲਾਂ, ਆਪਣਾ ਫਰਜ਼ ਬਣਦਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਬਾਰੇ ਲੱਗੇ ਮੋਰਚੇ 'ਚ ਪਹੁੰਚ ਕੇ ਇੱਥੇ ਸਰਕਾਰਾਂ ਨੂੰ ਦਿਖਾ ਦਈਏ ਵੀ ਹਾਂ ਇਹ ਸਾਡੇ ਮੁੱਦੇ ਹੈ, ਜੇ ਉਹਨਾਂ 'ਤੇ ਇਸ ਸ਼ਾਂਤਮਈ ਤਰੀਕੇ ਨਾਲ ਅਸੀਂ ਆਪਣੇ ਹੱਕ ਲੈਣੇ, ਇਨਸਾਫ ਲੈਣਾ। ਸੋ ਆਪਣਾ ਫਰਜ਼ ਸਮਝਦੇ ਹੋਏ ਇੱਥੇ ਦੋ ਦਿਨਾਂ 'ਚ ਵਹੀਰਾਂ ਕੱਤ ਕੇ ਪਹੁੰਚੋ। ਸੋ ਇੰਨੀ ਮੇਰੀ ਸੰਗਤਾਂ ਨੂੰ ਅਪੀਲ ਹੈ ਜਿਹੜੀ ਜ਼ਰੂਰ ਮਨਜ਼ੂਰ ਕਰਨੀ ਇੱਥੇ ਵਹੀਰਾਂ ਕੱਤ ਕੇ ਪਹੁੰਚੋ ਜੀ। ਰਾਜਾ ਜੀ ਤੁਸੀਂ ਇੱਕ ਮਿੰਟ ਪਲੀਜ਼, ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਅੱਜ ਜਿਹੜੀ ਘਟਨਾ ਨਿਹੰਗ ਸਿੰਘ ਰਾਜਾ ਰਾਜ ਸਿੰਘ ਜੀ ਹੋਰਾਂ ਦੇ ਪਰਿਵਾਰ ਨਾਲ ਵਾਪਰੀ ਹੈ ਜਾਂ ਰੁਪਿੰਦਰ ਸਿੰਘ ਤਲਵੰਡੀ ਸਾਬੋ ਹੋਰਾਂ ਦੇ ਘਰ SHO ਗਏ ਆ ਔਰ DSP ਵੱਲੋਂ ਇਹਨਾਂ ਦੇ ਭਰਾ ਨੂੰ ਬੁਲਾ ਕੇ ਅਤੇ ਉਸ ਤੋਂ ਬਾਅਦ SSP ਨਾਨਕ ਸਿੰਘ ਹੋਰਾਂ ਨੇ ਇਹਨਾਂ ਦੇ ਨਾਲ ਗੱਲ ਕੀਤੀ ਹੈ। ਇਹ ਸਰਕਾਰ ਦੇ ਜਬਰ ਦਾ ਦੂਸਰਾ ਕਦਮ ਹੈ। ਪਹਿਲਾ ਜਿਹੜਾ ਕਦਮ ਹੈ ਉਹ 8 ਤਰੀਕ ਨੂੰ ਵਾਪਰਿਆ। 8 ਤਰੀਕ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਹੈਗਾ ਉਹ ਲਾਠੀਚਾਰਜ ਕੀਤਾ ਔਰ ਪੰਜਾਬ ਦੇ ਵਿੱਚ ਆ ਕੇ ਜਿਹੜਾ ਹੈਗਾ ਪਾਣੀ ਦੀਆਂ ਵਿਛਾੜਾਂ ਮਾਰੀਆਂ। ਉਹ ਏਰੀਆ ਉਹਨਾਂ ਦਾ ਨਹੀਂ ਸੀ। 2 FIRਾਂ ਦਰਜ ਹੋਈਆਂ, ਪੰਜਾਬ ਪੁਲਿਸ ਅਣਪਛਾਤੇ ਦੱਸ ਰਹੀ ਹੈ ਜਿਹੜੀ ਸਾਰਾ ਦਿਨ ਇੱਥੇ ਘੁੰਮਦੀ ਹੈ ਔਰ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਚੰਡੀਗੜ੍ਹ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ
वो इन्ने बौंदल गए है कि पहला नाम बापू जी का, दूसरा मेरा, तीसरा सरदार अमर सिंह चाल होरां दा, ते चौथे नाँ की थां ते कल्ला लोक अधिकार लहर ही लिखा होया। सो सत नाँ जिहड़े हैगे आ उहदे ते दित्ते गए आ। उहदे च मैं आप जी नूं दसना चाहुंदा कि सरदार अमर सिंह चाहल जिन्हां नूं असीं कोर्ट दे विच्चों आपदे नाल लिया सीगा, क्योंकि राजभवन दे विच पंजाब भवन दे विच 12:30 बजे सरकार दे एक मंत्री साहब दे नाल और ADGP साहब दे नाल और IG साहब दे नाल एक मीटिंग सी, जिहदे च डायरैक्टर प्रोसीक्यूशन भी शामिल सीगे। क्योंकि जिहड़ा जत्था तोरिया जा रहा है वह इस करके तोरिया जा रहा, मोर्चे की मंग है कि जथेदार जगतार सिंह हवारा जी नूं अदालत दे हुक्मां दे अनुसार अदालत दे विच पेश कीता जावे। किन्नी हैरत दी गल है कि अदालत दे हुक्म दी पालना कराउण वास्ते जिहड़ा हैगा कौमी इंसाफ मोर्चा हर रोज़ जत्था तोर रहा सी। सो पहली गल जिस वेले सानू उत्थे पता लग्गिया तां पंजाब भवन चों असी उस वेले इत्थे तुर पे कि उत्थे हालात जिहड़े आ तनावपूर्ण हो रहे है, क्योंकि पथराव जिहड़ा सीगा वह कुछ लोगों वल्लों कीता गया सीगा जिहड़ा नेड़े पार्क सी उत्थों। तां जिस वेले असी इधर नूं आ रहे सी तां अमर सिंह चाल होरां नूं असी दुबारा फिर कोर्ट दे विच ही उतारता, उत्थे मौजूद है नहीं सी जदों कि उन्हां दा नाम FIR दे विच पाया गया। रुपिंदर सिंह इत्थे मौजूद नहीं सी, उह जा चुकिया सी और उहदा नाम भी पाया गया। इस तरह अज अखबार दे विच नोटिस जारी किया गया और कुछ तस्वीरां जिहड़ियां उह दित्तियां गईयां, जिहदे च मैं दसना चाहांगा कि एक गुरदीप सिंह बराड जिहड़े कि खालसाई नहिंग सिंह ने और राजस्थान तो आए हैं, उन्हां दी तस्वीर सब तो पहला लगी है। वो इत्थों 350 किलोमीटर दूर उस वेले राजस्थान सी, वो उस घटना तो 2 दिनों तो बाद जानी अज इत्थे पहुंचे है। सो उन्हां दी तस्वीर इस करके लाई गई है, जां बहुत सारे घरां च इस करके फोन किए जा रहे हैं, क्योंकि ये सारे मोर्चे नाल जुड़े हुए सरगर्म आगू है। एक पासे झूठा बरतांत सिरजिया जा रहा है और दूसरे बन्ने जिन्ने आगू हैगे है उन्हां दे घरां ते दबश दे के उन्हां नूं दबकाया जा रहा और मोर्चे तो दूर करन दा यतन कीता जा रहा। गुरदीप सिंह इत्थे लगातार रहा जिहड़ा कि राजस्थान तो आए आ, उन्हां दे पिंड तो 12 बंदे इत्थे पहुंचे हुए है। जिस दिन 26 जनवरी सी उस दिन वह सिंह 5 प्यारियां दे विच्चों एक सिंह दे तौर ते जिहड़ा सीगा उन्हें मोर्चे की अगवाई की है। सो उहदा 8 तरीक की घटना दे नाल कोई लाका देका नहीं सी, ਇਹ ਝੂਠੀ FIR ਹੈਗੀ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਰਾਜਾ ਰਾਜ ਸਿੰਘ ਜੀ ਹੋਰਾਂ ਦੇ ਨਾਲ ਜਿਹੜੀ ਗਲਤ ਘਟਨਾ ਵਾਪਰੀ ਹੈ ਉਹ ਪੂਰੀ ਤਰ੍ਹਾਂ ਇਹਨਾਂ ਦੇ ਪਰਿਵਾਰ ਨੇ ਦੱਸੀ ਹੈ, ਉਹ ਦੱਸਣ ਕਿ ਕੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 2 ਵਜੇ ਦੇ ਕਰੀਬ ਫੋਨ ਆਇਆ ਕਿਸੇ ਹੋਰ ਫੋਨ ਤੋਂ, ਉਹ ਮੇਰੀ ਭਰਜਾਈ ਦਾ ਫੋਨ ਸੀਗਾ। ਉਹਨਾਂ ਨੇ ਕਿਹਾ ਭਾਅ ਜੀ ਵੀ ਸ਼ੇਰ ਸਿੰਘ ਤੁਹਾਡੇ ਭਰਾ ਨੂੰ ਲੈ ਗਿਆ ਚੱਕ ਕੇ, ਮਾਤਾ ਨੂੰ ਵੀ ਟੋਰਚਰ ਕੀਤਾ, ਮੇਰੀ ਭਤੀਜੀ ਆ ਛੋਟੀ 10 ਸਾਲਾਂ ਦੀ ਉਹਨੂੰ ਵੀ ਟੋਰਚਰ ਕੀਤਾ, ਅਤੇ ਜਾਂਦੇ ਹੋਏ ਕਿਉਂਕਿ ਉਹਨਾਂ ਦੀ ਜਿਹੜੀ ਘਟਨਾ ਸੀ ਸਾਰੀ ਉਹ CCTV ਕੈਮਰੇ ਲੱਗੇ ਹੋਏ ਨੇ, ਉਹ ਵੀ ਪੱਟ ਕੇ ਲੈ ਕੇ ਜਾਂਦੇ ਹੋਏ ਵੀ ਇਹ ਜਿਹੜੀ ਸਾਡੀ ਕਰਤੂਤ ਆ ਕਿਤੇ ਇਹ ਆਪਣੇ ਮੀਡੀਆ ਦੇ ਵਿੱਚ ਜ਼ਾਹਰ ਨਾ ਕਰ ਦੇਣਾ ਵੀ ਆਹ ਕੀਤਾ। ਪੁਲਿਸ ਜੋੜਿਆਂ ਸੋਹਣੇ ਦਰਬਾਰ ਸਾਹਿਬ ਵਿੱਚ ਬੜੀ ਆ, ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਤੁਸੀਂ ਉੱਥੇ ਕੈਮਰੇ ਜਾ ਕੇ ਪੱਟ ਲਏ, ਜੇ ਮਗਰੋਂ ਕੋਈ ਮੇਰੇ ਭਰਾ ਨੂੰ ਚੱਕ ਲਿਆਂਦਾ, ਜੇ ਕੋਈ ਮਗਰੋਂ ਬੇਅਦਬੀ ਕਰ ਜਾਂਦਾ ਉੱਥੇ ਗੁਰ ਸਥਾਨ 'ਤੇ, ਫਿਰ ਉਹਦਾ ਜ਼ਿੰਮੇਦਾਰ ਕੌਣ ਸੀ? ਇਹ ਪ੍ਰਸ਼ਾਸਨ ਦੱਸੇ, ਪੁਲਿਸ ਦੱਸੇ। ਨਾਲੇ ਮੈਂ ਕਹਿਣਾ ਚਾਹੁੰਦਾ ਵੀ ਜੇ ਮੈਂ ਕੋਈ ਡਕੈਤ ਹਾਂ, ਮੈਂ ਕਤਲ ਹਾਂ ਕੀਤਾ ਕੋਈ, ਮੈਂ ਕੋਈ ਹੋਰ ਕੰਮ ਕੀਤਾ, ਮੈਂ ਕਿਤੇ ਭੱਜ ਗਿਆ? ਆਹ ਮੋਰਚੇ ਦੇ ਵਿੱਚ ਬੈਠਾ ਕੌਮੀ ਇਨਸਾਫ ਮੋਰਚਾ ਗੁਰੂ ਗ੍ਰੰਥ ਦਾ ਅਤੇ ਬੰਦੀ ਸਿੰਘਾਂ ਦਾ ਰਿਹਾਈ ਲਈ ਲੱਗਿਆ ਹੋਇਆ, ਇੱਥੇ ਪਹਿਲੇ ਦਿਨ ਤੋਂ ਡਟੇ ਹੋਏ ਆ ਫੌਜਾਂ ਸਮੇਤ, ਬੁੱਢਾ ਦਲ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ, ਬਾਬਾ ਜੱਗਾ ਸਿੰਘ ਜੀ ਘੋੜਿਆਂ ਵਾਲੇ ਬੈਠੇ ਨੇ, ਬਾਬਾ ਆਪਣੇ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ, ਬਾਬਾ ਗੁਰਸੇਵਕ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ, ਇਹ ਸਾਰੀਆਂ ਜਥੇਬੰਦੀਆਂ ਦਲ ਪੰਥ ਬੈਠੇ ਨੇ ਉੱਤੇ। ਕੀ ਗੱਲ, ਅਸੀਂ ਕੀ ਕ੍ਰਾਈਮ ਕਰਤਾ? ਸਾਨੂੰ ਪੁਲਿਸ ਦੱਸੇ ਜੇ ਕੋਈ ਉਹਨਾਂ ਨੂੰ ਡਾਊਟ ਆ ਮੇਰੇ 'ਤੇ। ਮੈਂ ਚੰਡੀਗੜ੍ਹ ਦੇ ਵਿੱਚ ਮੋਰਚੇ ਦੇ ਵਿੱਚ ਬੈਠਾ ਡਟਿਆ, ਇੱਥੇ ਆ ਕੇ ਫੜ ਲਓ, ਕਿਉਂ ਮੇਰੇ ਪਰਿਵਾਰ ਨੂੰ ਜਾ ਕੇ ਤੰਗ ਕਰਦੇ ਨੇ? ਕਿਉਂ ਮੇਰੇ ਭਰਾ ਨੂੰ ਚੱਕਿਆ? ਕਿਉਂ ਮਾਤਾ ਨੂੰ ਟੋਰਚਰ ਕੀਤਾ? ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ, ਬਾਈ ਦੀਪ ਸਿੱਧੂ ਨੇ ਇੱਕ ਗੱਲ ਕਹਿਤੀ ਸੀ ਤੇਰੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਲੋਕ ਤੁਸੀਂ ਇਸ ਨੂੰ ਮੁੱਖ ਮੰਤਰੀ ਨਾ ਬਣਾਇਓ,
यह बेअंत बुचड़ वाले रोल निभा उ कुछ बेअंत बुचड़ करता सदों खाड़कू सिंह परिवार जाके टॉर्चर किया जाता सी तिया भैं की ब्याह पत्ती की जाती थाने के बुला के घरे जाके उ कम से भगवंत मान तू तुल गया क्यों मैनू सरकार दसे परिवार का साढ़े का की दोष है हुण सड़ भी दिते ने यह भी मैं प्रेस नूं जाणकण हुण जदों इत्थों दबाव पै गया अपीलां चलियां गईयां हुण सड़ता पंचायत गई सी साढ़े पिंड कड़ैल दी थाने मूणक दे विच चक्किया सीगा SSP मेरे उत्ते दबाव पा रहा बार बार के मोर्चे दे विचों चले जावो मैं सारे पंजाब नूं सारे कौम नूं पूरे भारत दीयां संगतां नूं हरियाणे वालीयां संगतां नूं बेनती करना चाहुंदा जिहड़ी भगवंत मान सरकार है ਉਹ ਮੋਰਚਾ ਚੁਕਾਉਣਾ ਚਾਹੁੰਦੀ ਆ ਕਿਉਂਕਿ ਇਹ ਮੋਰਚਾ ਨਿਹੰਗ ਸਿੰਘ ਫੌਜਾਂ ਇਸ ਦੀ ਅਗਵਾਈ ਕਰ ਰਹੀਆਂ ਨੇ ਡਟ ਕੇ ਬੈਠੀਆਂ ਨੇ ਉਹ ਸਾਰੀਆਂ ਫੌਜਾਂ ਨੂੰ ਟੌਰਚਰ ਕਰ ਰਹੇ ਨੇ ਬਾਬਾ ਕੁਲਵਿੰਦਰ ਸਿੰਘ ਨੂੰ ਵੀ ਕਿਹਾ ਆਪਣੇ ਬਲਵਿੰਦਰ ਸਿੰਘ ਮੋਇਆ ਦੀ ਮੰਡੀ ਵਾਲੇ ਭਰਾ ਆਏ ਨੇ ਉਹਨਾਂ ਨੂੰ ਵੀ ਕਿਹਾ ਦਬਾਅ ਪਿਆ ਕਿ ਤੁਸੀਂ ਘੋੜੇ ਲੈ ਕੇ ਵਾਪਸ ਆ ਜਾਓ ਸਾਰੀਆਂ ਦਲਾਂ ਪੰਥਾਂ ਉੱਤੇ ਦਬਾਅ ਸਰਕਾਰ ਪਾ ਰਹੀ ਆ ਵੀ ਤੁਸੀਂ ਘੋੜੇ ਲੈ ਕੇ ਮੋਰਚੇ ਦੇ ਵਿੱਚੋਂ ਵਾਪਸ ਚਲੇ ਜਾਓ ਬਾਕੀ ਜਿਹੜਾ ਮੋਰਚਾ ਅਸੀਂ ਇਹਨਾਂ ਨੂੰ ਕੁੱਟ ਕੁੱਟ ਕੇ ਇਹਨਾਂ ਨੂੰ ਦਬਲ ਦਿਆਂਗੇ ਸੋ ਭਜਾ ਦਿਆਂ ਖਦੇੜ ਦਿਆਂਗੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਆਵਾਮ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਮੈਨੂੰ ਦੱਸੋ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਤੁਹਾਡਾ ਨਹੀਂ ਹੈਗਾ ਤੁਹਾਡਾ ਗੁਰੂ ਨਾਲ ਪਿਆਰ ਨਹੀਂ ਤੁਸੀਂ ਬੰਦੀ ਸਿੰਘ ਨਹੀਂ ਸੁਣਾਉਣਾ ਚਾਹੁੰਦੇ ਜਾਂ ਜਿਹੜੇ ਬੰਦੀ ਸਿੰਘ ਅਸੀਂ ਸੁਣਾਉਣ ਖਾਤਰ ਇੱਥੇ ਮੋਰਚਾ ਲਾਇਆ ਕਿ ਦੁਬਾਰੇ ਸਾਨੂੰ ਵੀ ਤੁਸੀਂ ਬੰਦੀ ਵੇਖਣਾ ਚਾਹੁੰਦੇ ਹੋ ਇਹ ਮੋਰਚਾ ਇਹ ਫੈਸਲਾ ਤੁਹਾਡੇ ਹੱਥ ਆ ਜੇ ਤੁਸੀਂ ਮੋਰਚੇ ਦੀ ਚੜ੍ਹਦੀ ਕਲਾ ਚਾਹੁੰਦੇ ਹੋ ਇੱਥੇ ਆਪਾਂ ਡਟੇ ਰਹੀਏ ਸ਼ਾਂਤੀ ਦੇ ਵਿੱਚ ਇੱਥੇ ਮੋਰਚੇ ਨੂੰ ਫਤਿਹ ਵੱਲ ਦੇਖਣਾ ਚਾਹੁੰਦੇ ਹੋ ਤਾਂ ਫਿਰ ਆ ਕੇ ਇੱਥੇ ਬੈਠ ਜਾਓ ਸਾਡਾ ਸਾਥ ਦਿਓ ਸਾਡੇ ਪਰਿਵਾਰਾਂ ਦੀ ਪਰਵਾਹ ਨਾ ਕਰੋ ਸਾਡੇ ਪਰਿਵਾਰਾਂ ਨੂੰ ਕੋਈ ਗੱਲ ਨਹੀਂ ਚਾਹੇ ਫਾਂਸੀ ਦੇ ਦੇਣ ਚਾਹੇ ਇਹ ਗੋਲੀ ਮਾਰ ਦੇਣ ਚਾਹੇ ਜੇਲ੍ਹਾਂ ਦੇ ਵਿੱਚ ਸੁੱਟ ਦੇਣ ਭਗਵੰਤ ਮਾਨ ਸਰਕਾਰ ਪੁਲਿਸ ਪ੍ਰਸ਼ਾਸਨ ਇਹ ਸਮਝ ਲਵੇ ਇਹ ਨਾ ਤੁਹਾਡੀਆਂ ਧਮਕੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ ਨਾ ਮੈਂ ਤੁਹਾਡੇ ਜਬਰ ਅੱਗੇ ਝੁਕਣ ਵਾਲਾ ਨਾ ਭੱਜਣ ਵਾਲਾ ਆ ਮੋਰਚੇ ਦੇ ਵਿੱਚ ਬੈਠਾ ਜੇ ਤੁਹਾਡੀ ਜ਼ਰੂਰਤ ਆ ਆ ਕੇ ਇੱਥੇ ਮੈਨੂੰ ਫੜ ਲਓ ਗ੍ਰਿਫਤਾਰ ਕਰ ਲਓ ਪਿੰਡ ਕੜੈਲ ਗੁਰਦੁਆਰਾ ਪਾਓ ਸਾਹਿਬ ਤਕਰੀਬਨ 1:30 ਵਜੇ ਦੀ ਗੱਲ ਆ ਥਾਣੇ ਮੂਣਕ ਦੇ ਵਿੱਚ ਲੈ ਕੇ ਗਿਆ SSP ਨੇ ਖੁਦ ਮੇਰੇ ਨਾਲ ਮੇਰੇ ਭਰਾ ਤੋਂ ਟੈਲੀਫੋਨ ਦੇ ਉੱਤੇ ਆ ਬਾਪੂ ਜੀ ਖੜੇ ਦੇ ਸਾਰੀ ਸੰਗਤ ਖੜੀ ਸੀ ਉਹਦੇ ਵਿੱਚ ਇਹੀ ਕਹਿ ਰਿਹਾ ਤੁਸੀਂ ਇੱਥੋਂ ਪਾਸਾ ਵੱਟ ਦਿਓ ਤੁਸੀਂ 4 ਦਿਨ ਇੱਥੋਂ ਚਲੇ ਜਾਓ 4 ਦਿਨ ਕਿਉਂ ਚਲੇ ਜਾਈਏ ਇਹਦਾ ਮਤਲਬ ਵੀ ਸਰਕਾਰ ਕੋਈ ਵੱਡੇ ਐਕਸ਼ਨ ਦੇ ਵਿੱਚ ਆ ਇਹ ਮੋਰਚੇ ਨੂੰ ਖਦੇੜਨਾ ਚਾਹੁੰਦੀ ਆ ਇਸ ਕਰਕੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਆ ਖਾਲਸਾ ਪੰਥ ਬੈਠਾ ਅਸੀਂ ਇੱਥੋਂ ਭੱਜਦੇ ਨਹੀਂ ਹੈਗੇ ਸਰਕਾਰ ਸਾਡਾ ਸਬਰ ਨਾ ਭਰਕੇ ਸਰਕਾਰ ਇਹ ਦਿਨ ਨਿਹੰਗ ਸਿੰਘ ਨੇ ਜੇ ਤੁਸੀਂ ਗੋਲੀ ਚਲਾਓਗੇ ਸਾਨੂੰ ਮਾਰੋਗੇ ਇਹ ਓਨਾ ਹੀ ਫਿਰ ਰੋਸ ਦੇ ਵਿੱਚ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਫਿਰ ਇਹ ਖਾਲਸਾ ਲੜਦਾ ਫਿਰ ਮਰਦਾ ਅਸੀਂ ਮਰ ਸਕਦੇ ਹਾਂ ਅਸੀਂ ਝੁਕ ਨਹੀਂ ਸਕਦੇ ਅਸੀਂ ਇੱਥੋਂ ਛੱਡ ਕੇ ਮੋਰਚੇ ਨਹੀਂ ਜਾਵਾਂਗੇ ਤੇ ਮੈਂ ਫਿਰ ਤੁਹਾਡੇ ਚਰਨਾਂ ਦੇ ਵਿੱਚ ਆਵਾਮ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਪਰਿਵਾਰਾਂ ਨੂੰ ਕੁਛ ਹੋ ਜੇ ਕੋਈ ਪਰਵਾਹ ਨਹੀਂ ਇਹ ਜਿਹੜਾ ਸੀਰੀਆ ਚਾਹੇ ਲੇਖੇ ਵਿੱਚ ਲੱਗ ਜਾਵੇ ਪਰ ਤੁਸੀਂ ਮੋਰਚਾ ਬਚਾਉਣ ਵਾਸਤੇ ਇਹ ਹੱਕ ਤੇ ਸੱਚ ਦਾ ਮੋਰਚਾ ਬਹੀਰਾਂ ਕੱਤ ਕੇ ਇਸ ਮੋਰਚੇ ਦੇ ਵਿੱਚ ਪਹੁੰਚ ਜਾਓ ਨਹੀਂ ਤਾਂ ਸਰਕਾਰ ਜ਼ੁਲਮ ਕਰਨ ਤੇ ਤੁਰੀ ਹੋਈ ਆ ਭਗਵੰਤ ਮਾਨ ਬੇਅੰਤ ਬੁੱਚੜਾ ਬੁੱਚੜ ਬਣਦਾ ਜਾ ਰਿਹਾ ਹੋ ਸਕਦਾ ਇੱਥੇ ਉਹ ਕੋਟ ਕਪੂਰੀ ਵਾਲਾ ਕਾਂਡ ਵਗ ਜੇ ਹੋ ਸਕਦਾ ਇੱਥੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਬਹਿਬਰ ਵਾਲਾ ਕਾਂਡ ਵਰਤਾ ਦੇਣ ਪਰ ਜੇ ਤੁਸੀਂ ਪਹੁੰਚ ਗਏ ਬਹੀਰਾਂ ਕੱਤ ਕੇ ਫਿਰ ਸਰਕਾਰ ਦੀ ਜ਼ਰੂਰਤ ਨਹੀਂ ਵੀ ਇੱਥੇ ਕੋਈ ਕਾਂਡ ਕਰ ਜਾਵੇ ਆ ਨਿਹੰਗ ਸਿੰਘ ਦਲ ਪੰਥ ਅਸੀਂ ਤੁਹਾਡੀ ਸਪੋਰਟ ਦੇ ਵਿੱਚ ਖੜੇ ਹਾਂ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਖੜੇ ਹਾਂ ਤੁਹਾਡੀ ਨੂੰ ਕੋਈ ਵੀ ਤੱਤੀ ਬਾਉ ਨਹੀਂ ਲੱਗਣ ਦੇਵਾਂਗੇ ਜੇ ਕਿਸੇ ਸਰਕਾਰ ਸੋਚ ਲਵੇ ਚਾਹੇ ਮੇਰੀ ਅਪੀਲ ਸਮਝੇ ਚਾਹੇ ਮੇਰੀ ਚੇਤਾਵਨੀ ਸਮਝੇ ਜੇ ਮੋਰਚੇ ਦੇ ਉੱਤੇ ਹਮਲਾ ਕੀਤਾ ਸਾਡੇ ਕਿਸੇ ਬਜ਼ੁਰਗ ਨੂੰ ਮਾਰਿਆ ਕਿਸੇ ਦੀ ਪੱਗ ਲਾਤੀ ਫਿਰ ਸਾਥੋਂ ਜਰਿਆ ਨਹੀਂ ਜਾਣਾ ਫਿਰ ਤੁਸੀਂ ਕਿਹੜਾ ਨਿਹੰਗ ਸਿੰਘ ਆਪੇ ਤੋਂ ਬਾਹਰ ਹੋ ਗਏ ਇਹ ਸਰਕਾਰਾਂ ਬਾਜ ਆ ਜਾਣ ਸਾਨੂੰ ਇਨਸਾਫ ਦੇਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਤੁਸੀਂ ਕਹਿੰਦੇ 24 ਘੰਟੇ ਦੇ ਵਿੱਚ ਇਨਸਾਫ ਕਰ ਦਿਆਂਗੇ ਉਹ ਕਿੱਥੇ ਨੇ 24 ਘੰਟੇ 1 ਸਾਲ ਦਾ ਸਮਾਂ ਹੋ ਗਿਆ ਸਾਨੂੰ ਇਨਸਾਫ ਚਾਹੀਦਾ ਬੰਦੀ ਸਿੰਘ ਰਿਹਾ ਚਾਹੀਦੇ ਨੇ ਬਾਹਰ ਬੈਠੇ ਨੇ ਸਾਨੂੰ ਬੰਦੀ ਬਣਾਉਣ ਦੀਆਂ ਗੱਲਾਂ ਨਾ ਕਰੋ ਇਸ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਅਸੀਂ ਡਟੇ ਬੈਠੇ ਹਾਂ ਉਹਨਾਂ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਇਨਸਾਫ ਨਹੀਂ ਹੁੰਦਾ ਜਿੰਨਾ ਚਿਰ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੁੰਦੇ
ਅਸੀਂ ਕਾਨੂੰਨ ਦੇ ਦਾਇਰੇ ਵਿੱਚ ਬੈਠੇ ਆ, ਅਸੀਂ ਇੱਥੇ ਸ਼ਾਂਤੀ ਦੇ ਨਾਲ ਬੈਠੇ ਆ, ਸਾਨੂੰ ਰੋਸ ਕਰਨ ਦਾ ਅਧਿਕਾਰ ਹੈ। ਇਹ ਸੰਵਿਧਾਨ ਦੇ ਮੁਤਾਬਕ ਬੈਠਿਆ, ਸੰਵਿਧਾਨ ਕਹਿੰਦਾ ਕਿ ਜਿਹੜਾ ਸ਼ਾਂਤੀ ਦੇ ਵਿੱਚ ਬਹਿ ਕੇ ਹਰੇਕ ਰੋਸ ਕਰ ਸਕਦਾ। ਸਰਕਾਰ ਇਹੋ ਜਿਹੀਆਂ ਨੀਤੀਆਂ ਨੂੰ ਬਦਲ ਦੇ ਮਾੜੇ ਸੁਪਨੇ ਨਾ ਸੋਚੇ ਵੀ ਅਸੀਂ ਮੋਰਚੇ ਨੂੰ ਚੱਕ ਦਿਆਂਗੇ, ਅਸੀਂ ਡਟੇ ਬੈਠੇ ਹਾਂ। ਆਓ ਵਹੀਰਾਂ ਕੱਤ ਕੇ ਪੰਜਾਬ ਦੇ ਨੌਜਵਾਨੋ, ਹਰਿਆਣੇ ਦੇ ਨੌਜਵਾਨੋ, ਸਾਰੇ ਇੱਥੇ ਆ ਕੇ ਬੈਠੋ, ਆਪਾਂ ਮੋਰਚਾ ਜਿੱਤਣਾ, ਹਰ ਹਾਲ ਦੇ ਵਿੱਚ ਜਿੱਤਾਂਗੇ। ਵਕੀਲ ਸਾਹਿਬ ਵੀ ਬੈਠੇ ਨੇ, ਤੁਸੀਂ ਇੱਥੇ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੋ, ਜੇ ਗੱਲਬਾਤ ਕਰਨੀ ਚਾਹੀਦੀ ਤਾਂ ਪੁਲਿਸ ਨੂੰ ਤੁਹਾਡੇ ਨਾਲ ਕਰਨੀ ਚਾਹੀਦੀ ਸੀ। ਤੁਹਾਡੇ ਭਰਾ ਨੂੰ ਚੱਕਣ ਦਾ ਕੀ ਤੁਕ ਬਣਦਾ ਹੈ? ਕੀ ਕਾਨੂੰਨੀ ਤੌਰ ਦੇ ਉੱਤੇ ਇਸ ਤਰ੍ਹਾਂ ਹੁੰਦਾ ਜੀ, ਇੱਕ ਪਰਿਵਾਰ ਕੋਈ ਬੰਦਾ ਸ਼ਮੂਲੀਅਤ ਕਰੇ ਤੇ ਪਰਿਵਾਰ ਨੂੰ ਜਾ ਕੇ? ਇਹ ਬਿਲਕੁਲ ਬੇਇਨਸਾਫੀ ਕਰ ਰਹੇ ਆ ਜੀ। ਇਹ ਜਿੰਨੇ ਮੋਰਚਾ ਦੇ ਅਹਿਮ ਮੈਨੇਜਰਸ ਨੇ ਜਾਂ ਮੋਰਚਾ ਦੇ ਜਿੰਨੇ ਪ੍ਰਬੰਧਕ ਨੇ, ਐਕਸ਼ਨ ਦੱਸ ਦੋ। ਇਹ ਬੜੀ ਅਨਫੋਰਚੁਨੇਟ ਗੱਲ ਹੈ ਕਿ ਮੋਰਚੇ ਦੇ ਜਿਹੜੇ ਮੇਨ ਪ੍ਰਬੰਧਕ ਨੇ ਜਾਂ ਨਿਹੰਗ ਸਿੰਘ ਫੌਜਾਂ ਨੇ, ਉਹਨਾਂ ਨੂੰ ਇਕੱਲੇ ਇਕੱਲੇ ਨੂੰ ਟਾਰਗੇਟ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਸ ਕਰਕੇ ਕੀਤਾ ਜਾ ਰਿਹਾ, ਖਾਸ ਕਰਕੇ ਇਸ ਗੱਲ ਨੂੰ ਸਮਝਣਾ ਚਾਹੀਦਾ। ਸਟ੍ਰੈਟਜੀ ਇਹ ਬਣ ਰਹੀ ਆ ਕਿ ਸਾਨੂੰ ਇਹ ਪਤਾ ਲੱਗਿਆ ਕਿ ਚੰਡੀਗੜ੍ਹ ਪੁਲਿਸ ਨੇ ਇੱਕ ਬਟਾਲੀਅਨ ਰਿਜ਼ਰਵ ਫੋਰਸ ਦੀ ਹੋਰ ਮੰਗਾਈ ਆ। ਉਹਨਾਂ ਨੇ ਆਪਣੀ ਜਿਹੜੀਆਂ ਪ੍ਰੋਟੈਕਸ਼ਨ ਦੀਆਂ ਗੱਡੀਆਂ ਨੇ ਉਹ ਵੀ ਵਧਾ ਲਈਆਂ ਨੇ। ਫੋਰਸ ਵਧਾਉਣ ਦਾ ਮਤਲਬ ਇੱਕੋ ਹੀ ਹੁੰਦਾ ਕਿ ਉਹ ਤਿਆਰ ਬੈਠੇ ਨੇ ਬਲੱਡ ਸ਼ੈਡ ਕਰਨ ਨੂੰ। ਹੁਣ ਇਹ ਗੱਲ ਕਿੱਥੋਂ ਇਹ ਸਾਬਤ ਕਰ ਸਕਦੇ ਨੇ ਕਿ ਨਿਹੰਗ ਸਿੰਘ ਕੋਈ ਅਸੀਂ ਇਹਨਾਂ ਨੂੰ ਕਿੱਥੋਂ ਇਹ ਜਿਹੜਾ ਕਿਸੇ ਤਰੀਕੇ ਨਾਲ ਡਰਾ ਕੇ ਧਮਕਾ ਕੇ ਭਜਾ ਲੈਣਗੇ ਨਿਹੰਗਾਂ ਨੂੰ? ਕੋਈ ਨੋਰਮਲ ਬੰਦਾ ਤੇ ਡਰ ਜਾਏਗਾ? ਨਿਹੰਗ ਸਿੰਘ ਨਹੀਂ ਕਦੀ ਡਰਦੇ, ਇਹ ਖਾਲਸਾ ਫੌਜ ਹੈ। ਹੁਣ ਜੇ ਇੱਦਾਂ ਦੇ ਟੈਕਟਿਕਸ 'ਤੇ ਪੰਜਾਬ ਸਰਕਾਰ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆਉਂਦਾ ਤਾਂ ਇਸ ਤੋਂ ਅਨਫਾਰਚੁਨੇਟ ਇੱਕ ਡੈਮੋਕ੍ਰੇਟਿਕ ਕੰਟਰੀ ਲਈ ਨਹੀਂ ਹੋ ਸਕਦਾ। ਅਸੀਂ ਰੂਲ ਆਫ ਸੁਸਾਇਟੀ ਦੀ ਗੱਲ ਕਰ ਰਹੇ ਹਾਂ, ਤੁਸੀਂ ਕੌਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ। ਕੌਨਸਟੀਟਿਊਸ਼ਨ ਕਹਿੰਦਾ ਕਿ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ, ਪੀਸਫੁਲ ਪ੍ਰੋਟੈਸਟ 'ਚ ਬੈਠੇ ਹਾਂ। ਦੱਸੋ ਕਿਹੜੀ ਕਲੈਸ਼ ਹੈ? ਜਿਹੜੀ ਕਲੈਸ਼ ਤੁਸੀਂ ਕੀਤੀ ਆ, ਤੁਸੀਂ ਪੰਜਾਬ ਦੀ ਬਾਰਡਰ ਕ੍ਰੋਸ ਕਰਕੇ ਸਾਡੇ ਬਜ਼ੁਰਗਾਂ 'ਤੇ ਲਾਠੀਆਂ ਮਾਰੀਆਂ। ਦੇਖੋ ਜੀ, ਅਖਬਾਰ 'ਚ ਇਹਨਾਂ ਨੇ ਜਿਹੜੇ ਬਾਈਬਲ ਕਲਾਂ ਜਾਂ ਬਰਗਾੜੀ ਦੇ ਵਿੱਚ ਗੋਲੀਕਾਂਡ ਹੋਇਆ ਸੀ ਉਹਨਾਂ ਦੀਆਂ ਕਿਉਂ ਨਹੀਂ ਅੱਜ ਤੱਕ ਦਿੱਤੀਆਂ? ਜਾਂ ਹੋਰ ਬਹੁਤ ਵੱਡੇ ਇੱਥੇ ਐਕਸ ਹੋ ਜਾਂਦੇ ਨੇ, ਉਹਨਾਂ ਨੇ ਕਿਉਂ ਨਹੀਂ ਦਿੱਤੀਆਂ? ਇਹਨਾਂ ਨੇ ਜੇ ਫੋਟੋ ਦਿੱਤੀ ਆ, ਨਾਲ ਇਹ ਵੀ ਦੱਸ ਰਹੇ ਨੇ ਕਿ ਅਸੀਂ ਸੂਟੇਬਲ ਰਿਵਾਰਡ ਦੇਵਾਂਗੇ। ਦੱਸੋ ਇਹਨਾਂ ਨੇ ਕੀ ਕ੍ਰਾਈਮ ਕਰਤਾ? ਜੇ ਇੱਕ 14 ਸਾਲ ਦਾ ਬੱਚਾ ਹੈ, ਉਹਦਾ ਰੋਲ ਐਟਰੀਬਿਊਟ ਨਹੀਂ ਹਜੇ, ਕੀ ਰੋਲ ਕੀਤਾ ਉਹਨੇ? ਕਿਹਦਾ ਸਿਰ ਪਾੜਿਆ? ਕਿਹਦੀ ਡਾਂਗ ਉਹਨੇ ਮਾਰ ਕੇ ਲੱਤ ਤੋੜੀ ਆ? ਬੇਫਜ਼ੂਲ ਮਤਲਬ ਕਿ ਡਰਾਇਆ ਜਾ ਰਿਹਾ, ਖਾਸ ਕਰਕੇ ਯੰਗਸਟਰ ਨੂੰ ਡਰਾਇਆ ਜਾ ਰਿਹਾ ਕਿ ਅਸੀਂ ਤੁਹਾਡੇ ਦੇ ਪਰਚੇ ਪਾਵਾਂਗੇ, ਤੁਹਾਨੂੰ ਘਰੋਂ ਜਾ ਕੇ ਚੁੱਕਾਂਗੇ, ਤੁਹਾਡੇ ਘਰਦਿਆਂ ਨੂੰ ਤੰਗ ਕਰਾਂਗੇ। ਇਹ ਜਿਹੜਾ ਡੈਮੋਕ੍ਰੈਟਿਕ ਰਾਈਟ ਆ ਸਾਡਾ, ਉਹਨੂੰ ਕਰਟੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਰਚੇ ਦਾ ਐਕਸ਼ਨ ਤੇ ਐਲਾਨ ਕਰਤਾ ਬਾਪੂ ਜੀ, ਦੇਖੋ ਇਸ ਗੱਲ ਤੋਂ ਤੁਸੀਂ ਪ੍ਰਸ਼ਾਸਨ ਦੀ ਇਨਬਿਲਿਟੀ ਦੇਖੋ, ਉਹਨਾਂ ਦੀ ਬੇਸ਼ਰਮੀ ਦੇਖੋ। 144 CRPC ਕਹਿੰਦੀ ਕੀ ਆ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਲਓ ਕਿ 5 ਬੰਦਿਆਂ ਤੋਂ ਵੱਧ ਪ੍ਰੋਟੈਸਟ ਨਹੀਂ ਕਰ ਸਕਦੇ ਜਿੱਥੇ 144 ਇੰਪੋਜ਼ ਹੋਏਗੀ। ਹੁਣ ਅਸੀਂ 5 ਬੰਦਿਆਂ ਦਾ ਇਹ ਕਹਿੰਦੇ ਹਾਂ ਕਿ 5 ਬੰਦਿਆਂ ਦੀ ਵੱਧ ਦੀ ਗੱਲ ਕਰਦੇ, ਅਸੀਂ 5 ਬੰਦੇ ਭੇਜਦੇ ਹਾਂ, ਤੁਸੀਂ ਅਲਾਊਡ ਕਰੋ। ਇੱਕ ਗੱਡੀ ਅੱਗੇ ਲਾ ਲਓ, 2 ਗੱਡੀਆਂ ਪਿੱਛੇ ਲਾ ਲਓ, ਪੈਦਲ ਜਾਣਗੇ ਉੱਥੇ ਆਪਣੀ ਡੈਸਟੀਨੇਸ਼ਨ ਤੇ, ਜਿਹੜਾ CM ਰੈਜ਼ੀਡੈਂਸ ਤੇ ਪਹੁੰਚ ਕੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਇਹੋ ਹੀ ਅਰਦਾਸ ਕਰਨੀ ਆ ਕਿ ਸਾਡੇ CM ਨੂੰ ਸਮਰਥਾ ਜੇ। ਤਾਂ ਗੱਲ ਕਰ ਰਹੇ ਕਿ ਕੱਲ ਵੀ 31 ਮੈਂਬਰ ਜੱਥਾ ਜਾਊਗਾ ਤੇ ਕੱਲ ਹੋਰ ਕੁਝ? ਬਿਲਕੁਲ, 31 ਮੈਂਬਰ ਜੱਥਾ ਹੀ ਜਾਊਗਾ। ਸੇਮ ਰੂਟ ਹੈ ਜੀ? ਸੇਮ ਰੂਟ ਰਹੇਗਾ, ਕੋਈ ਰੂਟ 'ਚ ਚੇਂਜ ਨਹੀਂ, ਜੋ ਅਸੀਂ ਇੱਥੋਂ ਐਲਾਨ ਕੀਤਾ ਉਹੀ ਰਹੇਗਾ। ਦੂਜਾ ਵੱਡਾ ਮੈਸੇਜ ਜਿਹੜਾ ਬਾਪੂ ਜੀ ਨੇ ਤੇ ਬਾਬਾ ਰਾਜ ਸਿੰਘ ਜੀ ਨੇ ਦਿੱਤਾ, ਅਸੀਂ ਇਹ ਦਿੱਤਾ ਹੈ ਮੈਸੇਜ ਕਿ ਜਿਹੜੇ ਵੀ ਬੰਦੀ ਸਿੰਘਾਂ ਨੂੰ ਪਿਆਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਕਰਦੇ ਨੇ, ਹਿਊਮਨ ਰਾਈਟਸ ਦੀ ਕਦਰ ਕਰਦੇ ਨੇ, ਉਹ ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਹੋਰ ਜੋ ਵੀ ਮਨੁੱਖਤਾ ਦੀ ਕਦਰ ਕੀਮਤ ਨੂੰ ਪਿਆਰ ਕਰਦੇ ਨੇ, ਇਸ ਮੋਰਚੇ ਦੇ ਆ ਕੇ ਵਿੱਚ ਆਪਣੀ ਸ਼ਮੂਲੀਅਤ ਕਰਨ ਔਰ ਵੱਡੇ ਤੌਰ ਤੇ ਇੱਥੇ ਪੱਕੇ ਰਹਿਣ ਦਾ ਪ੍ਰਬੰਧ ਕਰਨ। ਕਿਉਂਕਿ ਜਿਹੜੀਆਂ
एडमिनिस्ट्रेशन या पंजाब पुलिस दी चालां ने ਉਹ ਇਹ ਚਾਹੁੰਦੀਆਂ ਨੇ ਕਿ ਨਿਹੰਗ ਸਿੰਘ ਫੌਜਾਂ ਚਲੇ ਜਾਣ ਤੇ ਅਸੀਂ ਇੱਥੇ ਮੋਰਚੇ ਤੇ ਐਕਸ਼ਨ ਕਰਕੇ ਬਲੱਡ ਸ਼ੈੱਡ ਕਰੀਏ। ਉਹ ਬਲੱਡ ਸ਼ੈੱਡ ਨਹੀਂ ਹੋਣ ਦੇਵਾਂਗੇ। ਤੁਸੀਂ ਸ਼ਿਕਾਇਤ ਤੋਂ ਜੇ ਡਰ ਰਹੇ ਜੀ ਇਹਨਾਂ ਵੱਲੋਂ ਜੋ ਇਹਨਾਂ ਨੇ ਕਰਦਿਆਂ ਦੇ ਨਾਲ ਕੀਤਾ ਗਵਾਹ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਤੁਸੀਂ ਸਰ ਸੱਚੇ ਜੀ ਠੀਕ ਸਰ ਪ੍ਰੈਸ ਕਾਨਫਰੰਸ ਹੋ ਰਹੀ ਹੈ ਪਹਿਲਾਂ ਸੁਣੋ ਗੱਲ ਤੁਸੀਂ ਕੋਈ ਸ਼ਿਕਾਇਤ ਦੇਣ ਜਾ ਰਹੇ ਹੋ ਤੁਸੀਂ ਕਿ ਇਹਨਾਂ ਦੇ ਘਰਦਿਆਂ ਨੂੰ ਗਵਾਹ ਕੀਤਾ ਸੀ। ਦੇਖੋ ਉਹਨਾਂ ਨੇ ਹੁਣ ਇਹਦੀ ਰਿਪਰੈਜ਼ੈਂਟੇਸ਼ਨ ਤੇ ਉਹਨਾਂ ਦੇ ਨੋਟਿਸ ਸਹੀ ਆ ਕਿਹਨੂੰ ਰਿਪਰੈਜ਼ੈਂਟੇਸ਼ਨ ਦੋਗੇ ਡੀਜੀਪੀ ਪੰਜਾਬ ਨੂੰ ਦੋਗੇ ਡੀਜੀਪੀ ਤੇ ਸਾਰੇ ਐਕਸ਼ਨ ਕਰਾ ਰਹੇ ਨੇ ਹੁਣ ਇਹਦਾ ਜਿਹੜਾ ਵੀ ਸੂਟੇਬਲ ਐਕਸ਼ਨ ਹੋਏਗਾ ਅਸੀਂ ਬੈਠ ਕੇ ਜਿਹੜੀ ਸਾਡੀ ਲੀਗਲ ਟੀਮ ਆ ਉਹਦੇ ਅਕੋਰਡਿੰਗਲੀ ਜੋ ਬੈਸਟ ਲੀਗਲ ਐਕਸ਼ਨ ਆ ਉਹਨੂੰ ਕਰਾਂਗੇ। ਤੁਸੀਂ ਪਰ ਇਹ ਗੱਲ ਨਾ ਮਹਿਸੂਸ ਕਰੋ ਕਿ ਅਸੀਂ ਜਿਹੜਾ ਕ੍ਰਾਈਮ ਕਰ ਰਿਹਾ ਜੋ ਕਲਪਰੇਟ ਆ ਉਹਨੂੰ ਹੀ ਉਹਦੀ ਦਰਖਾਸਤ ਦੇ ਦਈਏ ਵੀ ਤੂੰ ਇਨਸਾਫ ਕਰ ਦਿਓ ਕਿਤੋਂ ਹੋ ਸਕਦਾ। ਦੇਖੋ ਇੱਕ ਗੱਲ ਹੋਰ ਅਸੀਂ ਕਲੀਅਰ ਕਰ ਦਈਏ ਵੀ ਜੋ ਵੀ ਇਸ ਮੋਰਚੇ ਨੂੰ ਸਮਰਪਿਤ ਹੋ ਕੇ ਆਇਆ ਭਾਵੇਂ ਉਹ 14 ਸਾਲ ਦਾ ਬੇਟਾ ਭਾਵੇਂ ਉਹ ਨੌਜਵਾਨ ਹੈ ਭਾਵੇਂ ਬਜ਼ੁਰਗ ਹੈ ਭਾਵੇਂ ਬੀਬੀ ਹੈ ਭਾਵੇਂ ਬੱਚਾ ਜਿਸ ਦੇ ਖਿਲਾਫ਼ ਵੀ ਸਰਕਾਰ ਨੇ ਕੋਈ ਉਹਨੂੰ ਅਰੈਸਟ ਕਰਨ ਦੀ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਡੀ ਭਾਵਨਾ ਨੂੰ ਭੜਕਾਉਣ ਦੀ ਗੱਲ ਹੋਏਗੀ। ਸਰਕਾਰ ਇਸ ਤਰ੍ਹਾਂ ਦਾ ਮਤਾ ਸੋਚੇ ਵੀ ਚੁੱਪ ਕਰਕੇ ਬੈਠ ਜਾਣਗੇ ਉਹ ਸਾਡੇ ਮੋਰਚੇ ਦਾ ਹਿੱਸਾ ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਂਗੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਊਗੀ। ਠੀਕ ਹੈ ਜੀ ਕੋਈ ਗੱਲ ਹੈ ਜਿਹੜੀ ਇਹਨਾਂ ਨੇ ਕਹੀ ਹੈਗੀ ਕਿ ਦਰਬਾਰ ਦੇ ਅੰਦਰ ਜੁੱਤੀਆਂ ਪਾ ਕੇ ਆ ਗਏ ਵੀ ਇਹ ਤਾਂ ਆਪਣੇ ਆਪ ਦੇ ਵਿੱਚ ਬੇਅਦਬੀ ਹੈ ਤੇ ਇਹ ਤਾਂ ਬੇਸ਼ਰਮੀ ਹੈ ਨਾ ਜੀ ਇਹ ਤਾਂ ਬੇਸ਼ਰਮੀ ਹੈ। ਬੇਅਦਬੀਆਂ ਤਾਂ ਇਹੀ ਕਰ ਰਹੇ ਆ ਉਸ ਟਾਈਮ ਬੇਅਦਬੀਆਂ ਅਸੀਂ ਇਨਸਾਫ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਮੋਰਚਾ ਲਾਇਆ ਪਰ ਉਸ ਤੇ ਵੀ ਇਨਸਾਫ ਦੇਣ ਨੂੰ ਸਗੋਂ ਉਹਨਾਂ ਨੂੰ ਦਬਾ ਰਹੇ ਆ ਦੇ ਇਨਸਾਫ ਦੇਣ ਦੀ ਬਜਾਏ ਇਹ ਆਪ ਕਸੂਰ ਬਾਰੇ ਬੇਅਦਬੀਆਂ ਕਰਾਉਣ ਦੇ। ਜਿਹੜੀ ਘਟਨਾ ਘਟੀ ਆ ਉਹ ਸਾਰੇ ਉਸ ਸੀਸੀ ਕੈਮਰੇ ਗੁਰੂ ਘਰ ਦੇ ਵਿੱਚ ਲੱਗੇ ਹੋਏ ਨੇ ਸਾਡੇ ਉਹ ਸਾਰੇ ਪੱਟ ਕੇ ਲੈ ਗਏ ਨਾਲ ਵੀ ਉਹ ਜਿਹੜੀ ਘਟਨਾ ਕਿਤੇ ਜਨਤਾ ਦੇ ਨਾਲ ਕਰਦੇ ਲੋਕਾਂ ਨੂੰ ਦਿਖਾ ਦੇਣ ਵੀ ਆਹ ਕੁਛ ਕਰਿਆ ਆਹ ਬੇਅਦਬੀ ਕਰਿਆ ਜੁੱਤੀ ਨਵੇਂ ਵੜ ਕੇ ਆਹ ਕੁੱਟਮਾਰ ਕਰੀ ਆ ਉਹ ਸਾਰਾ ਪ੍ਰੂਫ ਸੀ ਉਹ ਸਾਰਾ ਪ੍ਰੂਫ ਉਹ ਲੈ ਗਏ ਉਹ ਮਿਟਾ ਦੇਣਗੇ ਡਿਲੀਟ ਕਰ ਦੇਣਗੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਈ ਸਾਹਿਬ ਨੇ ਪੁੱਛਿਆ ਸੀ ਵੀ ਸਰਕਾਰ ਦਾ ਇਹਦੇ ਉੱਤੇ 31 ਬੰਦਿਆਂ ਉੱਤੇ ਜਾਣ ਦਾ ਕੀ ਪ੍ਰੈਸ਼ਰ ਹੈਗਾ ਇਹ ਪ੍ਰੈਸ਼ਰ ਹੈਗਾ ਜੇ ਪ੍ਰੈਸ਼ਰ ਹੈਗਾ ਤਾਂ ਹੀ ਉਹ ਆਹ ਨੀਚ ਹਰਕਤਾਂ ਦੇ ਉਤਰੀ ਹੋਈ ਆ ਤਾਂ ਹੀ ਸਾਡੇ ਪਰਿਵਾਰਾਂ ਨੂੰ ਟੌਰਚਰ ਕੀਤਾ ਜਾ ਰਿਹਾ ਸਾਡੇ ਉੱਤੇ ਦਬਾਅ ਪਾਇਆ ਜਾ ਰਿਹਾ ਜੇ ਸਰਕਾਰ ਉੱਤੇ ਇਹਦਾ ਦਬਾਅ ਨਾ ਹੁੰਦਾ ਤਾਂ ਫਿਰ ਉਹ ਆ ਗੰਦੀਆਂ ਨੀਤੀਆਂ 'ਤੇ ਨਾ ਉਤਰਦੀ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ। ਮੈਂ ਅੱਜ ਫਿਰ ਪੂਰੇ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਮੋਰਚਾ ਇਹ ਕਿਸੇ ਵਿਸ਼ੇਸ਼ ਵਿਅਕਤੀ ਦਾ ਨਹੀਂ ਇਹ ਕਿਸੇ ਵਿਸ਼ੇਸ਼ ਧਿਰ ਦਾ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਲੱਗਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਇਸ ਮੋਰਚੇ ਦੀ ਗਵਾਹੀ ਕਰ ਰਹੇ ਨੇ ਤੇ ਸਾਰਾ ਪੰਥ ਖਾਲਸਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਆ। ਸਾਰੀਆਂ ਸੰਗਤਾਂ ਆਓ ਆਪਾਂ ਮੋਰਚੇ ਚੜ੍ਹਦੀ ਕਲਾ ਤੇ ਯਤਨ ਕਰਕੇ ਹੀ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਕੌਮ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਸਾਡੇ ਪੂਰੇ ਕੌਮੀ ਇਨਸਾਫ ਮੋਰਚੇ ਵੱਲੋਂ ਕਿ ਕੌਮ ਦੀ ਹੁਣ ਨਾ ਪਿੱਠ ਤੇ ਖੜ ਜਾਓ ਪਿੱਠ ਨਾ ਦਿਖਾਇਓ ਕਿਉਂਕਿ ਕੌਮ ਹੁਣ ਕੀ ਆ ਬੜੇ ਸੱਟਾਂ ਖਾ ਕੇ ਉੱਠ ਕੇ ਖੜੀ ਹੋਈ ਆ। ਹੁਣ ਤੁਹਾਡਾ ਘਰੇ ਬੈਠਿਆਂ ਦਾ ਫਰਜ਼ ਬਣਦਾ ਜਾਂ ਤਾਂ ਬੋਲੋ ਲਿਖੋ ਨਹੀਂ ਆ ਕੇ ਇੱਥੇ ਮੈਦਾਨ 'ਚ ਲੜੋ। ਜੇ ਲੜ ਲਿਖ ਬੋਲ ਨਹੀਂ ਸਕਦੇ ਤਾਂ ਲੜਨ ਲਿਖਣ ਬੋਲਣ ਵਾਲਿਆਂ ਦੇ ਹੁਣ ਮਗਰ ਖੜ ਜਾਓ। ਜਿਹੜੇ 31 ਸਿੰਘ ਉਹਦੇ ਗਏ ਜਿਨ੍ਹਾਂ ਦੇ ਪਰਚੇ ਹੋਏ ਆ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਜਿਹੜੇ ਕੌਮ ਦੀ ਖਾਤਰ ਲੜਨ ਖਾਤਰ ਤੁਰੇ ਆ ਤੁਸੀਂ ਘਰੇ ਬੈਠੋ ਲਿਖ ਬੋਲ ਤਾਂ ਸਕਦੇ ਹੋ ਤੇ ਹੱਥ ਬੰਨ ਕੇ ਬੇਨਤੀ ਕਰਦੇ ਆ ਹਰ ਪਿੰਡ ਦੇ ਵਿੱਚੋਂ 5 ਸਿੰਘ ਉੱਠ ਕੇ ਕੀ ਆ ਇੱਥੇ ਮੈਂ ਕਹਿੰਦਾ ਮੋਰਚੇ ਦੇ ਵਿੱਚ ਆ ਜਾਣ। 5 ਸਿੰਘ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਫਿਰ ਉਹ ਪਿੰਡ ਨਖਿੱਧ ਹੋਊਗਾ ਜਿਹੜੇ ਪਿੰਡ 'ਚੋਂ 5 ਸਿੰਘ ਵੀ ਨਹੀਂ ਉੱਠ ਕੇ ਤੁਰਦੇ। ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਇਕੱਤਰਤਾ ਕਰਕੇ ਹਰ ਪਿੰਡ 'ਚੋਂ 5-5 ਸਿੰਘ ਇੱਥੇ ਮੋਰਚੇ 'ਚ ਸ਼ਾਮਿਲ ਹੋ ਜਾਣ ਸਰਕਾਰ ਗੋਡੇ ਟੇਕ ਦੂ। ਜੇ ਐਤਕੀ ਆ ਜੰਗ ਜਿਹੜੀ ਉੱਠ ਕੇ ਕੌਮ ਆਪਦੀ ਆਪ ਖੜੀ ਹੋਈ ਆ ਤੇ ਆਗੂ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਲੜ ਰਹੇ ਹਾਂ। ਜੇ ਐਤਕੀ ਸਾਨੂੰ ਕੁਛ ਵੀ ਕੀਆ ਕੌਮ ਦੇ ਉਹ ਪੈਂਦਾ ਤਾਂ ਇਹ 'ਚ ਕੋਈ ਆਗੂ ਜ਼ਿੰਮੇਵਾਰ ਨਹੀਂ ਹੋਣਾ। ਸਮੁੱਚੀ ਕੌਮ ਜਿਹੜੀ ਘਰੇ ਰਜਾਈਆਂ 'ਚ ਬੈਠੀ ਆ ਉਹ ਜ਼ਿੰਮੇਵਾਰ ਹੋਊਗੀ ਤੇ ਜਿਨ੍ਹਾਂ ਨੇ ਮੇਰੇ ਤੇ ਬਾਪੂ ਰਾਜਾ ਰਾਜ ਸਿੰਘ ਜੀ ਨਾਲ ਜਿਹੜਾ ਵਿਹਾਰ ਕੀਤਾ ਸਾਨੂੰ ਇਹੀ ਕਿਹਾ ਕਿ 5 ਦਿਨ ਮੋਰਚੇ 'ਚੋਂ ਬਾਹਰ ਆ ਜਾਓ। ਅਸੀਂ ਚੇਤਾਵਨੀ ਦਿੰਦੇ ਹਾਂ ਜਿੰਨਾ ਚਿਰ ਜਿੱਤਦੇ ਨਹੀਂ ਉਨਾ ਚਿਰ ਮੁੜਦੇ ਨਹੀਂ ਤੇ ਜਿਹੜੀ ਕੀ ਆ ਜਿਹੜੇ ਭਰਾ ਇੱਥੇ ਖੜੇ ਆ ਸਾਰੇ ਇੱਥੇ ਜਜ਼ਬੇ ਨਾਲ ਆਇਆ ਤੇ ਗੱਜ ਕੇ ਜਕਾਰਾ ਲਾਇਆ ਤੇ ਸਮੁੱਚੀ ਕੌਮ ਨੂੰ ਬੇਨਤੀ ਕਰਦਾ ਕਿ ਸ਼ੇਅਰ ਕਰ ਦਿਓ ਅੱਜ ਦਾ ਸੁਨੇਹਾ ਜਿਹੜੇ ਤੱਕ ਪਹੁੰਚਦਾ ਜੇ ਇੱਥੇ ਨਹੀਂ ਪਹੁੰਚ ਸਕਦੇ ਸੁਨੇਹਾ ਪਹੁੰਚਦਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੜਾਉਂਦੇ ਆਏ ਨੇ ਉਹਨਾਂ ਨੇ ਇੱਕ ਸਵਾਲ ਕੀਤਾ ਹੈ ਮੋਰਚੇ ਦੇ ਲਈ ਕਿ ਪੁਲਿਸ ਵਾਲਿਆਂ ਤੇ ਪਰਿਵਾਰ
देखो उन्हां दा कोई ओ नहीं पर किसे ने पहला दसो पहला उन्हां दियां जिहड़ी बछाड़ा या रोड़े मारने ओ जायज़ है जद उन्होंने साडे अणख नूं बगाड़िया साडे ते हमला करिया वो अपने बचाव वास्ते करिया जिहड़ा सानू गुरु साहब ने बख्शिया कोई असीं उन्हां ते तलवारां नहीं चलाई दूजा उन्होंने कहा कि कल्ले बंदी सिंह ही नहीं जिन्हां दा भी टाइम पूरा हो गया सज़ा दा सजा पूरी होगी असी तो गल उन्हां दी कर रहे हैं वो जिहड़ा गुरदीप सिंह खेड़ा दी तुसी गल कर रहे हैं कि वो नौ बंदी सिंघां दे विच है नहीं उन्हां वास्ते बिलकुल नहीं गुरदीप सिंह खेड़ा चंगी सोच का होया जीवन आला होया कौमी इंसाफ मोर्चे के खिलाफ एक भी गल नहीं कर सकता ठीक है।